ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਨੀਲ ਭਾਈ। ਸਤਿ ਸ਼੍ਰੀ ਅਕਾਲ। ਹੋਰ ਬਾਜੀ ਕਿੱਦਾਂ? ਵਧੀਆ ਵਧੀਆ। ਕਿਵੇਂ ਚੱਲ ਰਿਹਾ ਕੰਮ? ਵਧੀਆ ਕੰਮ ਚੱਲੀ ਜਾਂਦਾ ਸੁਨੀਲ ਭਾਜੀ। ਚਲੋ ਮੌਜ ਲੱਗੀ ਪੂਰੀ। ਮੌਜ ਪੂਰੀ ਪੂਰੀ। ਬਾਬੇ ਦੀ ਫੁੱਲ ਕਿਰਪਾ, ਗੁਰੂ ਰਾਮਦਾਸ ਦੀ, ਬਾਬੇ ਨਾਮਦੇਵ ਦੀ। ਚਲੋ ਚਲੋ ਵਧੀਆ ਹੀ ਰੱਖੀ ਕਰੋ। ਲੈ ਗਏ ਉਧਰ ਤਰੌਂਡੀ ਭਾਈ ਸਾਡੇ ਇਲਾਕੇ ਦੇ। ਹਾਂ ਉਹ ਲੈ ਗਏ ਮੋੜ ਪਿੰਡ ਦੇ ਬੰਦੇ ਜਿਹੜੇ ਲੈ ਗਏ। ਮਾਦੇ ਦਾ ਛਪਣੀ ਹੋ ਜਾਂਦਾ ਆ ਇੱਕ ਵਾਰੀ, ਬੜੀ ਤੁਹਾਡੀ ਸਿਫਤ ਕਰਕੇ ਗਏ ਆ। ਨਹੀਂ ਨਹੀਂ ਚਲੋ ਬਹੁਤ ਜ਼ਿਆਦਾ। ਚਲੋ ਕੋਈ ਨਹੀਂ, ਇਹ ਨਹੀਂ ਵੀ ਕੋਈ ਗਲਤ ਬੋਲਿਆ ਉਹਨਾਂ ਨੇ, ਬਹੁਤ ਜ਼ਿਆਦਾ ਤੁਹਾਡੀ ਸਿਫਤ ਕੀਤੀ ਆ। ਚਲੋ ਐਂ ਆ ਬਾਜੀ, ਐਂ ਆ ਕਿ ਨਹੀਂ, ਚੰਗਾ ਕੰਮ ਕਰਾਂ ਤੇ ਫਿਰ ਸਿਫਤ ਦਾ ਕਿਹਾ ਕਿ ਏਡੀ ਦੂਰੋਂ ਆਣ ਕੇ ਇੱਧਰ ਕੰਮ ਚਲਾ ਕੇ ਜਾਣਾ ਬੜੀ ਵੱਡੀ ਗੱਲ ਆਂਦੇ। ਅਸੀਂ ਥੱਕ ਗਏ ਆਂਦੇ ਗੱਡੀ 'ਚ ਆਉਂਦੇ ਆਉਂਦੇ। ਇਹ ਵੇਲੇ ਅਸੀਂ ਚਲੋ ਆਉਂਦਾ ਸੀ ਗੱਡੀ 'ਤੇ ਆਉਂਦੇ ਹਾਂ। ਹਾਂਜੀ ਹਾਂਜੀ। ਅਸੀਂ ਵੇਲੇ ਮੋਟਰਸਾਈਕਲ 700 ਕਿਲੋਮੀਟਰ ਗਏ। ਅੱਛਾ ਮੋਟਰਸਾਈਕਲ 'ਤੇ ਪਹਿਲਾਂ ਆਉਂਦੇ ਰਹੇ? ਪਹਿਲੇ ਮੋਟਰਸਾਈਕਲ 'ਤੇ। ਠੀਕ ਜੀ। 18 ਸ਼ੁਰੂ ਕੀਤਾ ਤੁਹਾਡੇ ਤੋਂ? ਭਾਈ ਭਾਈ ਕੋਈ ਨਹੀਂ, ਉਦਾਂ ਦਾ ਭਾਈ ਆਪਾਂ ਬੀਜਾਂਗੇ ਨਾ, ਹਾਂ ਜੀ ਉਦਾਂ ਦਾ ਵੱਡਾਂਗੇ। ਉਹ ਰਹਿ ਗਏ ਗੱਲ ਆ, ਬਿਲਕੁਲ ਮੇਨ ਗੱਲ ਇਹ ਹੈ। ਬਿਲਕੁਲ ਜੀ, ਠੀਕ ਹੈ। ਤੁਸੀਂ ਮਿਹਨਤ ਕੀਤੀ ਸੀ ਬਾਜੀ, ਬਸ ਅੱਜ ਤੁਹਾਨੂੰ ਸਾਰੀ ਦੁਨੀਆ ਯਾਦ ਕਰਦੀ ਹੈ। ਠੀਕ ਹੈ ਜੀ, ਐਂ ਆ ਬਸ ਉਹਨਾਂ ਨਾਲ ਹੀ ਜੀ ਆਪਾਂ। ਬਸ ਬਸ। ਹਾਂ ਜੀ ਹਾਂ ਜੀ। ਚਲੋ ਅੱਜ ਫਿਰ ਕਿੰਨੀਆਂ ਬਾਈ ਜੀ? ਬਾਈ ਬਾਈ 4 ਜੇ ਬਾਈ। ਚਲੋ ਕਰੀ ਸ਼ੁਰੂ ਜੀ। 4 ਸੂਈਆਂ। ਹਾਂ ਜੀ ਸੂਈਆਂ। ਅੱਜ ਬਾਈ ਹਵਾ ਨਹੀਂ ਨੰਗਾ ਦੇਣੀ। ਠੀਕ ਹੈ ਜੀ, ਹਵਾ ਨਹੀਂ ਨੰਗਾ ਦੇਣੀ, ਜੇ ਕੋਈ ਜਾ ਕੇ ਹਵਾ ਲੰਗੀ ਇਹਦੇ ਵਿੱਚ ਨਹੀਂ ਨੰਗਾ ਦੇਣੀ ਤੇ ਹਵਾ ਨਹੀਂ ਨੰਗਾ ਦੇਣੀ। ਵਾਕੇ ਨਹੀਂ ਵਗਦੀ ਬਾਈ। ਚਲੋ ਦੱਸੋ ਪਹਿਲੀ ਵਾਰੀ। ਹਾਂਜੀ ਸੂਈ ਹੈ ਜੀ, ਇਹ ਸੂਈ ਜੇ। ਕਿੰਨਾ ਦੁੱਧ ਭਾਈ ਜੀ? ਦੁੱਧ ਸੁਨੀਲ ਭਾਈ ਇਹਦੇ ਥੱਲੇ ਦੁੱਧ ਤੇ 14 ਕਿਲੋ। ਹਾਂਜੀ ਆਪਾਂ 12 ਕਿਲੋ ਜਿਹੜਾ ਗਰੰਟੀ ਦੇਣੀ। 12 ਕਿਲੋ ਗਰੰਟੀ ਆ ਨਾ ਯਾਰ, ਚਵਾਓ ਨੂੰ ਭਾਵੇਂ 20 ਕੀ ਜਾਓ ਮਾਸ਼ਾਅੱਲਾ, ਉਦਾਂ ਤੇ ਭਾਵੇਂ 18 20 ਕਿਲੋ ਵੀ ਕਹਿ ਦਈਏ, ਬੈੜ ਦਾ ਚਮਕ ਬਹੁਤ ਹੈ ਕਿ ਨਹੀਂ? ਨਹੀਂ ਨਹੀਂ ਬਹੁਤ ਸੋਹਣੀ ਬੈੜ ਲਿਆਓ ਜੀ, ਮੋੜੋ ਕਰਾਂ ਦੀ ਆਓ ਕਰਾਂ ਦੀ ਬਰੀਡ ਵਾਲੀ ਬੈੜ ਆ ਪੂਰੀ, ਬਾਕੀ ਜਿਹੜਾ ਥਣ ਲੱਗਾ ਪ੍ਰੋਪਰ ਆ। ਬਸ ਠੀਕ ਆ। ਮੱਛਾ ਮੱਛੀ? ਨਹੀਂ ਬੱਛਾ ਜੇ ਦੇ। ਚਲੋ ਚੋਬਰ ਜੀ ਆ ਗਏ। ਹਾਂਜੀ ਚੋਬਰ ਆ ਗਿਆ। ਬੋਲੋ ਜੀ। ਮੂਲ ਤਾਂ ਸੰਦੀਪ ਭਾਜੀ ਭਾਵੇਂ 52,000 ਕਰ ਦਈਏ। ਹਾਂਜੀ ਹਣਾ, ਭਾਵੇਂ 50 ਕਰ ਦਈਏ। ਹਾਂ 45,000 ਦੀਏ ਹਾਂ ਨਾ ਆਈਆਂ ਜੀ। ਅੱਛਾ 45,000 ਦੀ ਹਾਂ ਨਾ ਆਈਆਂ। ਹਾਂ ਹਾਂ ਨਾ ਬਸ ਤੁਹਾਨੂੰ ਦੱਸਿਆ ਜੀ ਗਈਆਂ ਲੋ ਨਹੀਂ ਨੰਗਾ ਦੇਣੀ ਅੱਜ। ਗਈਆਂ ਲੋ ਗਈਆਂ ਆਜੋ ਉਧਰ ਘਰਾਂ ਦੇ। ਇਹ ਸ਼ਾਹੀ ਵਾਲਾ ਆ ਗਿਆ ਸੂਈ ਹੈ ਜੀ, ਇਹ ਸਵੇਰ ਦੀ ਸੂਈ ਮਨੇਰ ਦੀ। ਅੱਛਾ ਅੱਜ ਹੀ ਸੂਈ? ਹਾਂ ਅੱਜ ਹੀ ਸੂਈ ਹੈ। ਸੂਆ ਜੀ? ਨਸਲਾ ਪੂਰੀ ਬੈਠ ਤੇ ਦਿਖਾਓ ਬਾਜੀ ਮਾੜਾ ਜਾ, ਲੰਮੀ ਲੰਮੀ ਤੁਰ ਘੁਮਾਓ, ਠੀਕ ਆ ਐਂ ਚੋ ਆਜੋ ਵਧੀਆ ਆਜੋ 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 ਲਿਆਓ ਗੁਰਾਂ ਦੇ ਬੋਲੋ ਵੇਲੋ ਤੁਸੀਂ ਦੱਸ ਦੋ ਜਿੱਦਾਂ ਦੀ ਵਿਆਹ ਹੋਦਾ ਤੁਸੀਂ ਮੁੱਲ ਕਰ ਦਿਓ। ਨਹੀਂ ਨਹੀਂ ਤੁਸੀਂ ਆਪੇ ਸੰਦੀਪ ਭਾਜੀ ਮੁੱਲ ਤੇ 45,000 ਆ। ਹਾਂਜੀ ਹਾਂਜੀ ਕੋਈ ਗੱਲ ਨਹੀਂ ਛੱਡ ਦਾਂਗੇ। ਚਲੋ 43,000 ਦੀ। ਨਹੀਂ ਸੰਦੀਪ ਭਾਜੀ ਹਾਂਜੀ 40,000 ਜਾਂ ਤਾਂ 40,000 ਦੀ ਠੀਕ ਆ ਜਾਂ ਤਾਂ ਸੰਦੀਪ ਭਾਜੀ ਅੱਜ ਗਿਆ ਹੀ ਤੁਹਾਨੂੰ ਵਾਲੇ ਵਾਕਿਆ ਹੋਣੇ ਵਾਕਿਆ ਜਾਂ ਤਾਂ ਭਾਈ ਹੋਰ ਛੱਡਿਆ ਜੀ ਇਹ ਤਾਂ ਗਈਆਂ ਫਿਰ 500 ਹੋਰ ਛੱਡ ਦਾਂਗੇ ਜਾਂ ਤਾਂ ਫਿਰ ਠੀਕ ਆ। ਨਹੀਂ ਠੀਕ ਆ ਬੈਠ ਵੀ ਬਹੁਤ ਸੋਹਣੀ ਹੈ ਜੀ ਚੱਲਣ ਦੋ। ਚਲੋ ਮਨੇਰੇ ਸੂਈ ਆ ਅੱਜ ਅੱਜ ਹਾਂ ਕਿਲੋ ਖੰਡ ਆਪਾਂ ਚੋਈ ਆ ਜਾਣਾ ਨਹੀਂ ਅਜੇ ਚੋਈ ਠੀਕ ਹੈ ਕਿ ਨਹੀਂ ਬਾਕੀ ਥਣਾ ਥੁਣਾ ਦੀ ਆਪਣੀ ਫੁੱਲ ਗਰੰਟੀ। ਚਲੋ ਤੇ ਆਹ ਜੀ ਚੋਬਰੀ ਆ ਠੀਕ ਆ
ਬੱਚੇ ਹਨਾ ਤਾਜ਼ੀਆਂ ਵੈਰਾਂ ਨਾ। ਚਲੋ ਕੋਈ ਨੀ ਕੋਈ ਨੀ। ਹਾਂਜੀ ਫਿਰ ਸੰਦੀਪ ਭਾਜੀ ਬਾਕੀ ਥਣ ਥੁਣ ਜਿਹੜੇ ਆ ਨਾ ਬਿਲਕੁਲ ਓਕੇ ਬਰਾਬਰ ਆ, ਠੀਕ ਆ, ਕੋਈ ਵਾਧ ਘਾਟ ਨਹੀਂ ਆ ਥਣਾਂ ਦੇ ਵਿੱਚ। ਜਿੱਦਾਂ ਮਰਜ਼ੀ ਕੋਈ ਚਵਾਈ ਕਰਕੇ ਖੜੇ ਬਿਨਾਂ ਚਵਾਈ ਤੋਂ ਉਹ ਨਹੀਂ ਕੋਈ ਚੱਕਰ ਹੈਗਾ। ਬੋਲੋ। ਹਾਂਜੀ ਮੁੱਲ ਤੇ ਸੰਦੀਪ ਜੀ ਦਾ 40,000 ਜੇ, ਠੀਕ ਆ ਜੀ, 36,000 ਹੀ ਸੰਦੀਪ ਜੀ ਦੇ ਦਾਂਗੇ। ਜਾਣ ਦਿਓ, ਨਹੀਂ ਯਾਰ ਹੋਰ ਛੱਡ ਦਾਂਗੇ 35 ਦੀ। ਅਜੇ ਹਵਾ ਨਹੀਂ ਲੰਘਦੀ ਬਾਈ, ਜਾਣ ਨਹੀਂ ਲੰਘਦੀ ਬਿਲਕੁਲ, ਹਵਾ ਚੱਲਦੀ ਵੀ ਨਹੀਂ ਪਈ। ਨਹੀਂ ਸੰਦੀਪ ਜੀ ਆ ਲਾਸਟ ਪੀਸ ਆ ਦਾ ਤੋਹਫਾ, ਲਾਸਟ ਪੀਸ ਪਰ ਹੈ ਤੋਹਫਾ ਤੇ ਮੱਛੀ ਮਗਰ, ਮੱਛੀ ਮਗਰ, ਹਾਂ ਜੇ ਮਗਰ ਮੱਛੀ ਆ ਭਾਜੀ ਦੇਖੋ ਨਾ, ਓਨੀ ਉੱਤੋਂ ਤੇ ਸੰਦੀਪ ਭਾਈ ਓਨੀ ਥੱਲੇ ਹੋਵੇ। ਠੀਕ ਆ ਠੀਕ ਆ, ਹਾਂਜੀ ਫਿਰ ਬੋਲੋ ਸੰਦੀਪ ਭਾਜੀ, ਮੁੱਲ ਤੇ ਆ 35,000 ਰੁਪਇਆ। ਹਾਂਜੀ ਲਾਸਟ ਪੀਸ, ਕੋਈ ਗੱਲ ਨਹੀਂ, 31,000 ਸਗਣ ਵਾਲਾ ਕੰਮ ਜਾਣ ਦੋ, 31,000 ਦੀ ਦੇਵਾਂਗੇ ਸੰਦੀਪ ਜੀ। ਜੇ ਕੋਈ ਦੇ ਦੇ ਕੋਈ 11-12 ਕਿਲੋ ਵਾਲੀ ਦੱਸੇ ਕੋਈ, ਨਹੀਂ ਠੀਕ ਹੈ, 11 ਕਿਲੋ ਵਾਲਾ ਖਾਲਿਆ ਨਾ ਦੋ ਤਾਂ ਖੁੱਲਾ ਹੋ ਜਾਊਗਾ, ਗਰੰਟੀ ਵਾਲਾ ਭਾਈ 10 ਲੀਟਰ ਹੋਊਗਾ ਜੀ। ਠੀਕ ਹੈ ਠੀਕ, ਹਾਂਜੀ ਚਲੋ ਦੇਖੋ ਜੀ ਆ 4 ਗਾਵਾਂ ਸੂਈਆਂ ਸੂਈਆਂ ਪਰ ਚਵਾਈ ਕਰਕੇ ਚੈੱਕ ਕਰਕੇ ਹੈ ਨਾ ਜੀ। ਹਾਂਜੀ ਹਾਂਜੀ ਬੋਲੋ ਨੰਬਰ ਫਿਰ 84275-2686। ਠੀਕ ਹੈ, ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਫਤਿਹਗੜ੍ਹ ਚੂੜੀਆਂ ਭਾਜੀ ਨੂੰ ਹੈਗਾ 10 ਕਿਲੋਮੀਟਰ। ਵੀਰ ਭਰਾ ਆਉਂਦੇ ਆ ਵੀ ਤੁਸੀਂ ਡਰੈਸ ਨਹੀਂ ਬੋਲਦੇ, ਬਿਲਕੁਲ ਕੋਈ ਗੱਲ ਨਹੀਂ, ਨਜ਼ਦੀਕ ਮੇਨ ਅੱਡਾ ਕਿਹੜਾ ਮਤਲਬ ਕਾਲਾ ਫਗਾਨਾ ਭਾਈ, ਕਾਲਾ ਫਗਾਨਾ ਹਾਂ ਨਾਲ ਧਿਆਨ ਪਰ ਪੈਂਦਾ ਜੀ। ਚਲੋ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।